ਹੁਣ ਜਿਵੇਂ ਦਲਿਤ ਪੱਤਾ ਖੇਡਿਆ ਜਾ ਰਿਹਾ ਹਰ ਗੱਲ 'ਤੇ ਦਲਿਤ, ਇਹ ਕੀ ਦਲਿਤਾਂ ਦਾ ਜੇ ਡਿਪਟੀ ਸੀਐਮ ਵੀ ਬਣ ਜੂਗਾ ਦਲਿਤਾਂ ਦਾ ਫਾਇਦਾ ਹੋਊਗਾ? ਸੋ ਇਹ ਕਹਿਣਾ ਕਿ ਜੇ ਦਲਿਤ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਾਂ ਕੁਛ ਹੋ ਜਾਏਗਾ ਫਿਰ ਦਲਿਤਾਂ ਨੂੰ ਇਨਸਾਫ ਮਿਲ ਜਾਏਗਾ, ਇਹ ਆਪਣੇ ਆਪ 'ਚ ਹੀ ਅਤਕਥਨੀ ਹੈ, ਆਪਣੇ ਆਪ 'ਚ ਹੀ ਧੋਖਾ ਹੈ। ਪੰਜਾਬ ਦੇ ਵਿੱਚ ਅੱਜ 95% ਤੋਂ ਲੈ ਕੇ 98% ਤੱਕ ਦਲਿਤ ਜਿਹੜੇ ਨੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਰਿਜ਼ਰਵੇਸ਼ਨ ਦਾ। ਠੀਕ ਹੈ, ਸਿਰਫ ਕੁਛ ਪਰਿਵਾਰ ਨੇ ਜਿਹਨਾਂ ਨੂੰ ਮਿਲਿਆ, ਉਹਨਾਂ ਦੇ ਪੁੱਤ ਭਤੀਜੇ ਸਾਰੇ ਜੋਬ ਲਈ ਜਾ ਰਹੇ ਨੇ, ਦੂਜਿਆਂ ਤੋਂ ਵਿਚਾਰਿਆਂ ਨੂੰ ਮਿਲਦਾ ਹੀ ਨਹੀਂ। ਦੇਸ਼ ਦਾ ਰਾਸ਼ਟਰਪਤੀ ਦਲਿਤ ਹੈ, ਦਲਿਤ ਉਹ ਤਾਂ ਹੁਣ ਮੌਕੇ 'ਤੇ ਹੈ ਨਾ, ਬਿਲਕੁਲ ਉਹਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ, ਬਾਹਰ ਪੌੜੀਆਂ ਚੜ੍ਹਾ ਕੇ ਪ੍ਰਸ਼ਾਦ ਦਿੱਤਾ। ਕਿੰਨੀਆਂ ਕੁ ਕੁੜੀਆਂ ਦੇ ਜਿਨ੍ਹਾਂ ਦੇ ਰੇਪ ਹੋ ਗਏ ਦਲਿਤਾਂ ਦੇ, ਜਾਂ ਦਲਿਤਾਂ ਨਾਲ ਧੱਕੇ ਹੋ ਗਏ, ਬਿਲਕੁਲ, ਜਾਂ ਉਹਨਾਂ ਨੂੰ ਕੋਈ ਹੋਰ ਤੰਗ ਕਰਤਾ, ਕਿੰਨਿਆਂ ਕੁ ਉਹਨਾਂ ਜੱਜਾਂ ਨੇ ਉਹਨਾਂ ਦੇ ਹੱਕ 'ਚ ਫੈਸਲੇ ਕਰਤੇ? ਤੁਸੀਂ ਕੀ ਕਿਹੜੀ ਗੱਲ ਕਰਦੇ ਹੋ ਵੀ ਦਲਿਤਾਂ ਨੂੰ, ਦਲਿਤ ਚੀਫ ਜਸਟਿਸ ਆਫ ਇੰਡੀਆ ਰਹੇ ਨੇ, ਸਹੀ ਹੈ, ਫਿਰ ਦਲਿਤਾਂ ਨੂੰ ਇਨਸਾਫ ਮਿਲ ਗਿਆ? ਬੈਕਵਰਡ ਕਲਾਸ ਦੇ ਵਿੱਚ ਗਿਆਨੀ ਜੈਲ ਸਿੰਘ ਰਹੇ ਨੇ ਪ੍ਰੈਜ਼ੀਡੈਂਟ ਆਫ ਇੰਡੀਆ, ਹੋਮ ਮਿਨਿਸਟਰ ਵੀ ਰਹੇ ਨੇ, ਫਿਰ ਇਨਸਾਫ ਮਿਲ ਗਿਆ? ਦਲਿਤਾਂ ਦਾ ਸਕੋਲਰਸ਼ਿਪ ਦਲਿਤਾਂ ਦੇ ਮੰਤਰੀਆਂ ਨੇ ਨਹੀਂ ਦਿੱਤਾ, ਤਾਂ ਫਿਰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣ ਕੇ ਕੀ ਹੋਊਗਾ? ਸਿੱਖ ਵੀ, ਹਿੰਦੂ ਵੀ, ਈਸਾਈ ਵੀ, ਅਤੇ ਇਹ ਦਲਿਤ ਵੀ ਉਤਲੇ ਨੇ ਜਿਹੜੇ ਉਹ ਆਪਦੇ ਸਾਰੀ ਅੰਗਲੀ ਸੰਗਲੀ ਇਕੱਠੀ ਆ ਉਹਨਾਂ ਦੀ, ਥੱਲੇ ਵਾਲੇ ਵੱਖਰੇ ਨੇ, ਉਹ ਇੱਕ ਇੱਕ ਨੂੰ ਆਪਦੇ ਨੂੰ ਵੰਡ ਕੇ ਰੱਖ ਦਿਓ, ਕਹਿੰਦੇ ਆਪਾਂ ਵੰਡ ਕੇ ਰੱਖੋ ਤਾਂ ਹੀ ਠੀਕ ਹੈ, ਸੌਦੇਬਾਜ਼ੀ ਤਾਂ ਹੀ ਚੱਲੂ। ਪੇਸ਼ਕਸ਼ ਕੀਤੀ ਜਾ ਰਹੀ ਕਿ ਦਲਿਤ ਤੁਹਾਡੇ ਸਾਰਿਆਂ ਦੇ ਹੱਕ ਖਾਈ ਜਾਂਦੇ ਆ, ਇਹ ਕੋਟਾ ਲੈ ਜਾਂਦੇ ਆ, ਤੁਹਾਡੇ ਪੱਲੇ ਕੱਖ ਨਹੀਂ ਰਹਿੰਦਾ, ਇਹ ਆਈਡੀਓਲੋਜੀ ਦਾ ਕੀ ਤੁਹਾਨੂੰ ਲੱਗਦਾ ਕਿ ਕਾਮਯਾਬ ਹੋ ਕੇ ਕਿ ਵਾਕਈ ਦਲਿਤ ਜਿਹੜੇ ਲੋਕ ਜਾਂਦੇ ਹੱਕ ਖਾਂਦੇ ਆ, ਜਾਂ ਇਹ ਪੇਸ਼ ਹੀ ਕੀਤਾ ਜਾ ਰਿਹਾ? ਜੇ ਪੰਜਾਬ 'ਚ ਅਸੀਂ ਲਈਏ, ਜਿੰਨੀਆਂ ਨੌਕਰੀਆਂ ਤਕਰੀਬਨ 5 ਲੱਖ ਸੀਗੀ 1995 'ਚ, ਹਾਂਜੀ, ਅੱਜ 3 ਲੱਖ ਰਹਿ ਗਈ, ਬਿਲਕੁਲ, ਜਦਕਿ ਚਾਹੀਦੀ ਉਸ ਦੇ ਮੁਕਾਬਲੇ 'ਚ 19 ਸਰਫ ਦੇ ਨਹੀਂ ਹੋਵੇ, 19 ਸਰਫ ਤਾਂ 8 ਲੱਖ ਚਾਹੀਦੀ, 8 ਲੱਖ ਚਾਹੀਦੀ। ਸਾਰਾ ਕੁਛ ਵੇਚੀ ਜਾਂਦੇ ਨੇ, ਰੇਲਵੇ ਵੇਚਦੀ, ਬਿਲਕੁਲ, ਪੋਰਟਾਂ ਵੇਚਦੀਆਂ, ਬਿਲਕੁਲ ਜੀ, ਏਅਰਪੋਰਟ ਵੇਚਦੇ, ਬਿਲਕੁਲ, LIC ਵੇਚਣ ਦੀ ਟੈਂਡਰ ਪਾ ਦਿੱਤਾ, ਟੈਂਡਰ ਮੰਗ ਲਿਆ, ਸਹੀ ਹੈ, ਐਡਵਰਟਾਈਜ਼ਮੈਂਟ ਦੇਤੀ, ਬਿਲਕੁਲ, ਅਤੇ ਬੈਂਕਾਂ ਵੇਚੀ ਜਾ ਰਹੇ ਨੇ, ਪ੍ਰਾਈਵੇਟਾਈਜ਼ ਕਰੀ ਜਾ ਰਹੇ ਨੇ ਬੈਂਕਾਂ ਨੂੰ, ਬਿਲਕੁਲ ਬਿਲਕੁਲ, RBI ਤੱਕ ਨੂੰ ਉਹ ਕਰ ਦਿੱਤਾ, ਸਹੀ ਹੈ ਜੀ, ਤੁਸੀਂ ਛੱਡਿਆ ਕੀ ਹੈ? 50 ਪ੍ਰੋਫੈਸਰਾਂ 'ਚੋਂ ਜੇ 30 ਦਲਿਤ ਆ ਗਏ, ਤੇ 30 ਤਾਂ ਰਿਜ਼ਰਵੇਸ਼ਨ 'ਤੇ ਦਲਿਤ ਆ ਨਹੀਂ ਸਕਦੇ ਕਿਸੇ ਵੀ ਤਰ੍ਹਾਂ, ਸਹੀ ਹੈ ਜੀ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਕਰੀ ਹੋਈ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ TV ਅਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅੱਜ ਰਾਜਨੀਤੀ ਬੜੀ ਭਾਰੂ ਹੈ, ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ, ਹਰ ਇੱਕ ਪਾਰਟੀ ਹਰ ਇੱਕ ਤਰ੍ਹਾਂ ਦਾ ਪੱਤਾ ਖੇਡ ਕੇ ਵੋਟਰਾਂ ਨੂੰ ਲੁਭਾਉਣ ਦੇ ਵਿੱਚ ਲੱਗੀ ਹੋਈ ਹੈ। ਇਸ ਵਕਤ ਮੇਜਰ ਪੱਤਾ ਜਿਹੜਾ ਖੇਡਿਆ ਜਾ ਰਿਹਾ ਉਹ ਦਲਿਤ ਦਾ ਖੇਡਿਆ ਜਾ ਰਿਹਾ। ਜਿਹੜੀ ਵੀ ਪਾਰਟੀ ਆਪਣਾ ਕੋਈ ਮੈਨੀਫੈਸਟੋ ਜਾਂ ਕਹਿ ਲਈਏ ਕਿ ਚੋਣਾਂ ਦਾ ਐਲਾਨ ਕਰਦੀ, ਤਾਂ ਉਹਦੇ ਵਿੱਚ ਇੱਕ ਜ਼ਰੂਰ ਕਹਿ ਦਿੰਦੇ ਕਿ ਸਾਡਾ ਡਿਪਟੀ CM ਦਲਿਤ ਹੋਵੇਗਾ। ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਹੋਇਆ, ਉੱਥੇ ਵੀ ਕਿਹਾ ਗਿਆ ਕਿ ਅਸੀਂ ਦਲਿਤਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਕੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਅਸੀਂ ਲੰਮੇ ਸਮੇਂ ਤੋਂ ਦੇਖਦੇ ਹਾਂ ਕਿ ਦਲਿਤਾਂ ਦੀ ਹਾਲਤ ਦਿਨ ਬ ਦਿਨ ਬਦਤਰ ਹੁੰਦੀ ਜਾ ਰਹੀ ਹੈ, ਕਿ ਵਾਕਈ ਜਿਹੜੀਆਂ ਇਹ ਪਾਰਟੀਆਂ ਸੰਜੀਦਾ, ਜਾਂ ਇਹ ਆਪਣੇ ਸਿਰਫ ਰਾਜਨੀਤਿਕ ਲਾਹੇ ਲਈ ਡਿਪਟੀ CM ਬਣਾਉਣ ਜਾ ਰਹੀਆਂ ਦਲਿਤਾਂ ਦਾ? ਅਤੇ ਕੀ ਜੇ ਦਲਿਤ ਦਾ ਡਿਪਟੀ CM ਬਣ ਜੂ ਤਾਂ ਫਿਰ ਵੀ ਦਲਿਤਾਂ ਦਾ ਫਾਇਦਾ ਹੋਊਗਾ? ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਜੀ ਨੇ, ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਜੀ। ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ ਕਿ ਕੀ ਜੇ ਦਲਿਤਾਂ ਦਾ, ਹੁਣ ਜਿਵੇਂ ਦਲਿਤ ਪੱਤਾ ਖੇਡਿਆ ਜਾ ਰਿਹਾ ਹਰ ਗੱਲ 'ਤੇ ਦਲਿਤ, ਇਹ ਕੀ ਦਲਿਤਾਂ ਦਾ ਜੇ ਡਿਪਟੀ CM ਵੀ ਬਣ ਜੂਗਾ, ਦਲਿਤਾਂ ਦਾ ਫਾਇਦਾ ਹੋਊਗਾ? ਬੜੇ ਮੰਤਰੀ ਬਣੇ ਆ, ਫਾਇਦਾ ਹੋਇਆ ਅੱਜ ਤੱਕ, ਜਾਂ ਡਿਪਟੀ CM ਬਣਨਾ ਫਾਇਦਾ ਹੋਊਗਾ? ਤੁਸੀਂ ਆਪ ਹੀ ਜਵਾਬ ਦਿੱਤਾ ਹੈ। ਮੰਤਰੀ ਇਹ ਧਰਮਸੋਤ ਨੇ, ਹਾਂਜੀ, ਉਦੋਂ ਪਹਿਲਾਂ ਉਹ ਰਣੀ ਕੇ ਸੀ, ਹਾਂਜੀ, ਪੋਸਟ ਮੈਟ੍ਰਿਕ ਸਕੋਲਰਸ਼ਿਪ 'ਚ ਦੋਵਾਂ ਵੇਲੇ ਹੇਰਾਫੇਰੀ ਹੋਈ ਆ, ਦੋਵਾਂ ਵੇਲੇ ਹੋਇਆ, ਬੱਚਿਆਂ ਨੂੰ ਮਿਲਿਆ ਨਹੀਂ, ਹੁਣ ਵੀ ਨਹੀਂ ਮਿਲਿਆ, ਬਿਲਕੁਲ, ਰੌਲਾ ਦਲਿਤਾਂ ਨੇ ਪਾਇਆ ਹੀ ਆ, ਉਹ ਪਵਨ ਕੁਮਾਰ ਜੀ ਨੂੰ ਵੀ, ਦੇਖੋ ਜੀ ਇਹਨਾਂ ਦਾ ਮਿਲਣਾ ਚਾਹੀਦਾ, ਮਿਲਿਆ ਤਾਂ ਫਿਰ ਵੀ ਨਹੀਂ, ਬਿਲਕੁਲ। ਸਵਾਲ ਇਹ ਹੈ ਕਿ ਔਰ ਜਿਹੜਾ ਮਹਿਕਮਾ ਉਹ ਵੀ ਦਲਿਤ ਸਾਰੇ, ਜਿਹੜੇ IAS ਅਫਸਰ ਡੀਲ ਕਰਦੇ ਨੇ ਉਹ ਵੀ ਬਹੁਤੇ ਵਾਰੀ ਦਲਿਤੀ ਹੁੰਦੇ ਨੇ, ਉਹ ਮਹਿਕਮੇ ਨੂੰ, ਜਿਹੜਾ ਚੰਨੀ ਸਾਹਿਬ ਦੇ ਮਹਿਕਮੇ ਨੂੰ ਨਹੀਂ ਮਿਲੇ ਪੋਲੀਟੈਕਨਿਕ ਵਗੈਰਾ ITI 'ਚ IIT 'ਚ, ਬਿਲਕੁਲ ਜੀ, ਉਹ ਵੀ ਦਲਿਤ ਹੈ, ਬਿਲਕੁਲ ਜੀ, ਦਲਿਤਾਂ ਦਾ ਸਕੋਲਰਸ਼ਿਪ ਦਲਿਤਾਂ ਦੇ ਮੰਤਰੀਆਂ ਨੇ ਨਹੀਂ ਦਿੱਤਾ, ਤਾਂ ਫਿਰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣ ਕੇ ਕੀ ਹੋਊਗਾ? ਦੂਜਾ ਸਵਾਲ ਹੈ, ਮੈਂ ਬਾਅਦ 'ਚ ਆਉਣਾ ਵੀ ਇਹ ਫਾਇਦਾ ਹੋਊ ਜਾਂ ਨਹੀਂ, ਮਾਸਟਰ ਤਾਂ 25% ਦਲਿਤ ਹੈਗੇ ਨੇ ਨਾ, ਬਿਲਕੁਲ ਜੀ,
ਡਾਕਟਰ 25% ਦਲਿਤ ਹੈਗੇ ਨੇ ਨਾ, ਬਿਲਕੁਲ ਜੀ। ਇੰਜੀਨੀਅਰ 25% ਦਲਿਤ ਹੈਗੇ ਨੇ ਨਾ, ਬਿਲਕੁਲ ਜੀ। ਐਗਰੀਕਲਚਰ ਅਫਸਰ 25% ਦਲਿਤ ਹੈਗੇ ਨੇ ਨਾ, ਬਿਲਕੁਲ ਜੀ। ਵੈਲਫੇਅਰ ਵਾਲੇ ਦਲਿਤ ਹੈਗੇ ਨੇ ਨਾ, ਬਿਲਕੁਲ ਜੀ। BDO 25% ਦਲਿਤ ਹੈਗੇ ਨੇ ਨਾ, ਬਿਲਕੁਲ ਜੀ। ਜਿਹੜੇ IAS ਅਫਸਰ ਨੇ ਉਹ ਵੀ ਦਲਿਤ ਹੈਗੇ ਨੇ ਨਾ, ਹੈਗੇ ਜੀ। ਠੀਕ ਹੈ, ਬਿਲਕੁਲ ਜੀ। IPS ਵਾਲੇ ਵੀ ਦਲਿਤ ਹੈਗੇ ਨੇ ਨਾ, PCS ਵਾਲੇ ਵੀ ਦਲਿਤ ਹੈਗੇ ਕਿ ਨਾ, ਬਿਲਕੁਲ ਹੈਗੇ ਜੀ। ਕੋਈ ਮੈਨੂੰ ਦੱਸੇ ਵੀ ਜਿਹੜੇ ਦਲਿਤਾਂ ਦੇ ਮਨਰੇਗਾ ਕਾਰਡ ਬਣੇ ਸੀ, 5 ਮਿੰਟ ਦੇ ਪਲਾਟ ਮਿਲਣੇ ਸੀ, ਜਾਂ ਉਹਨਾਂ ਨੂੰ ਜਿਹੜੀ ਸਾਂਝੀ ਜ਼ਮੀਨ ਪੰਚਾਇਤੀ ਜ਼ਮੀਨ ਹੈ, ਬਿਲਕੁਲ ਜੀ, ਉਹਦੇ ਵਿੱਚੋਂ 1/3 ਜਿਹੜਾ ਉਹਨਾਂ ਨੂੰ ਮਿਲਣੀ ਸੀ ਬੋਲੀ 'ਤੇ, ਹਾਂਜੀ, ਉਹ ਕਿੰਨਿਆਂ ਨੂੰ ਮਿਲੀ ਹੈ? ਬਿਲਕੁਲ, ਕਿਹੜੇ ਜਿਹੜੇ ਦਲਿਤ ਮੀਡੀਆ ਨੇ ਉਹਨਾਂ ਨੂੰ ਦਵਾਤੀ? ਹਾਂਜੀ, ਸਹੀ ਹੈ, ਸਹੀ ਹੈ, ਸਹੀ ਹੈ ਜੀ। ਉਹ ਤਾਂ ਦਲਿਤਾਂ ਦਾ ਹੱਕ ਸੀ ਨਾ, ਕਾਨੂੰਨੀ ਹੱਕ ਸੀ, ਬਿਲਕੁਲ, ਦਵਾਤਾ ਦਲਿਤ ਮੀਡੀਆ ਨੇ, ਸਹੀ ਹੈ। ਜਿਹੜੇ ਦਲਿਤ DDPO ਨੇ ਉਹਨਾਂ ਨੇ ਦਵਾਤਾ, ਸਹੀ ਹੈ ਜੀ। ਜਿਹੜੇ ਦਲਿਤ ADC ਨੇ ਉਹਨਾਂ ਨੇ ਦਵਾਤਾ, ਜਿਹੜੇ ਦਲਿਤ DC ਨੇ ਉਹਨਾਂ ਨੇ ਦਵਾਤਾ, ਸਹੀ ਹੈ ਜੀ। ਮਾਨਸਾ 'ਚ ਦਲਿਤ DC ਰਹੇ ਨੇ, ਬਿਲਕੁਲ, ਦੋ ਰਹੇ ਨੇ, ਇੱਕ ਨਹੀਂ, ਠੀਕ ਹੈ ਜੀ। ਫਰੀਦਕੋਟ 'ਚ ਦਲਿਤ DC ਰਹੇ ਨੇ, ਜਿਹੜੇ ਹੁਣ ਮੰਤਰੀ ਨੇ, ਠੀਕ ਹੈ ਜੀ। ਸੋਮ ਪ੍ਰਕਾਸ਼ ਹੁਸ਼ਿਆਰਪੁਰ 'ਚੋਂ ਰਹੇ ਨੇ, ਸਹੀ ਹੈ, ਸੋਮ ਪ੍ਰਕਾਸ਼, ਬਿਲਕੁਲ ਜੀ। ਸੰਗਰੂਰ 'ਚ ਦਲਿਤ DC ਰਹੇ ਨੇ, ਹਾਂਜੀ, ਠੀਕ ਹੋ ਗਿਆ ਜੀ। ਅਤੇ ਆਪਣਾ ਇੱਥੇ ਹੁਸ਼ਿਆਰਪੁਰ ਤਾਂ ਮੈਂ ਤੁਹਾਨੂੰ ਗਿਣੀ ਦਿੱਤਾ, ਹਾਂਜੀ ਹਾਂਜੀ। ਨਵਾਂਸ਼ਹਿਰ 'ਚ ਦਲਿਤ DC ਰਹੇ ਨੇ, ਠੀਕ ਹੈ। ਰੋਪੜ 'ਚ ਦਲਿਤ DC ਰਹੇ ਨੇ, ਠੀਕ ਹੈ। ਦਲਿਤ DC ਤਾਂ ਬਥੇਰੀ ਜਗ੍ਹਾ 'ਤੇ ਰਹੇ ਨੇ, ਬਿਲਕੁਲ। ਅਤੇ ਫਿਰ ਦਲਿਤਾਂ ਨੂੰ ਮਿਲ ਗਿਆ? ਬਿਲਕੁਲ, ਮੇਰਾ ਵੱਡਾ ਸਵਾਲ ਹੈ, ਹਾਂਜੀ। DC ਕੋਲ ਤਾਂ ਬੜੀ ਪਾਵਰ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ, ਸਹੀ ਹੈ ਜੀ। DC, ADC, DDPO, ਬਿਲਕੁਲ, ਅਤੇ BDO, ਬਿਲਕੁਲ, ਉਹ ਨਹੀਂ ਦਵਾ ਸਕੇ ਦਲਿਤਾਂ ਨੂੰ। ਹੁਣ ਜ਼ਮੀਨ ਦੇ ਵਾਸਤੇ ਜੇ ਆਪਾਂ ਦੂਜਾ ਰਲਾ ਦਈਏ ਨਾਲ ਰੈਵਨਿਊ ਮਹਿਕਮਾ, ਨੈਬ ਤਹਿਸੀਲਦਾਰ ਅਤੇ ਤਹਿਸੀਲਦਾਰਾਂ ਦੇ ਅਤੇ ਡਿਸਟ੍ਰਿਕਟ ਰੈਵਨਿਊ ਅਫਸਰਾਂ ਦੇ ਵਿੱਚ ਵੀ ਦਲਿਤ 25% ਨੇ, ਬਿਲਕੁਲ ਹੈਗੇ। ਫਿਰ ਉਹਨਾਂ ਨੇ ਦਵਾਤਾ, ਬਿਲਕੁਲ, ਆਪਾਂ ਸਮਝੀਏ, ਹਾਂਜੀ। ਫਿਰ ਜੱਜ ਹੈਗੇ ਨੇ, ਹਾਂਜੀ, ਕਿੰਨੀਆਂ ਕੁ ਕੁੜੀਆਂ ਦੇ ਜਿਨ੍ਹਾਂ ਦੇ ਰੇਪ ਹੋ ਗਏ ਦਲਿਤਾਂ ਦੇ, ਜਾਂ ਦਲਿਤਾਂ ਨਾਲ ਧੱਕੇ ਹੋ ਗਏ, ਬਿਲਕੁਲ, ਜਾਂ ਉਹਨਾਂ ਨੂੰ ਕੋਈ ਹੋਰ ਤੰਗ ਕਰਤਾ, ਕਿੰਨਿਆਂ ਕੁ ਉਹਨਾਂ ਜੱਜਾਂ ਨੇ ਉਹਨਾਂ ਦੇ ਹੱਕ 'ਚ ਫੈਸਲੇ ਕਰਤੇ, ਸਹੀ ਹੈ ਜੀ, ਇਹ ਦੇਖ ਲਓ। ਫਿਰ ਦਲਿਤਾਂ ਦਾ ਰਾਖਵਾਂਪਣਾ ਪੰਜਾਬ ਦੇ ਵਿੱਚ ਅੱਜ 95% ਤੋਂ ਲੈ ਕੇ 98% ਤੱਕ ਦਲਿਤ ਜਿਹੜੇ ਨੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਰਿਜ਼ਰਵੇਸ਼ਨ ਦਾ, ਠੀਕ ਹੈ। ਸਿਰਫ ਕੁਛ ਪਰਿਵਾਰ ਨੇ ਜਿਨ੍ਹਾਂ ਨੂੰ ਮਿਲਿਆ, ਉਹਨਾਂ ਦੇ ਪੁੱਤ ਭਤੀਜੇ ਸਾਰੇ ਜਾਵੜੇ ਜਾ ਰਹੇ ਨੇ, ਦੂਜਿਆਂ ਤੋਂ ਵਿਚਾਰਿਆਂ ਨੂੰ ਮਿਲਦਾ ਹੀ ਨਹੀਂ, ਠੀਕ ਹੈ ਜੀ। ਮੇਰਾ ਪਿੰਡ ਹੈ ਲੱਡਾ ਕੋਟੀ ਸੰਗਰੂਰ 'ਚ, ਇੱਕ ਪਰਿਵਾਰ ਆ, ਉਸੇ ਦੇ ਸਭ ਨੂੰ ਮਿਲਿਆ ਹੋਇਆ, ਦੂਜੇ ਨੂੰ ਕਿਸੇ ਨੂੰ ਨਹੀਂ ਮਿਲਿਆ ਹੋਇਆ। ਸੋ ਜੇ ਅਸੀਂ ਐਂ ਕਹੀਏ ਵੀ ਦਲਿਤ ਕੋਈ ਲੱਗੇਗਾ ਤਾਂ ਫਿਰ ਅੱਛਾ, ਦੇਸ਼ ਦਾ ਰਾਸ਼ਟਰਪਤੀ ਦਲਿਤ ਹੈ, ਦਲਿਤ ਉਹ ਤਾਂ ਹੁਣ ਮੌਕੇ 'ਤੇ ਹੈ ਨਾ, ਬਿਲਕੁਲ, ਉਹਨੂੰ ਮੰਦਰ 'ਚ ਨਹੀਂ ਵੜਨ ਦਿੱਤਾ, ਬਾਹਰ ਪੌੜੀਆਂ 'ਚ ਉਠਾ ਕੇ ਪ੍ਰਸ਼ਾਦ ਦਿੱਤਾ, ਸਹੀ ਹੈ ਜੀ। ਜੇ ਇੱਕ ਰਾਸ਼ਟਰਪਤੀ ਜਿਹੜਾ ਫੌਜਾਂ ਦਾ ਕਮਾਂਡਰ ਹੈ, ਸੁਪਰੀਮ ਕਮਾਂਡਰ ਹੈ ਫੌਜਾਂ ਦਾ, ਬਿਲਕੁਲ ਬਿਲਕੁਲ, ਉਹਨੂੰ ਮੰਦਰ 'ਚ ਵੀ ਨਹੀਂ ਵੜਨ ਦਿੱਤਾ ਜਾਂਦਾ, ਫਿਰ ਦਲਿਤਾਂ ਨਾਲ ਫਿਰ ਇਨਸਾਫ ਹੋ ਗਿਆ, ਸਹੀ ਹੈ ਜੀ। ਜਿਹੜਾ ਇੱਥੇ UP ਦੇ ਵਿੱਚ ਕੁੜੀ ਦਾ ਰੇਪ ਕਰਕੇ, ਗੈਂਗ ਰੇਪ ਕਰਕੇ ਮਰਡਰ ਕਰ ਦਿੱਤਾ ਗਿਆ, ਹਾਂਜੀ, ਉਹਦੇ ਘਰਦਿਆਂ ਨੂੰ ਵੀ ਉਹਦੀ ਅਰਚਿਕਾ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ, ਧੱਕੇ ਨਾਲ ਹੀ ਸਾੜਦੀ ਰਾਤ ਨੂੰ ਹੀ, ਸਹੀ ਹੈ, ਠੀਕ ਹੈ, ਬਾਹਰ ਨਹੀਂ ਨਿਕਲ ਦਿੱਤਾ ਜਾਂਦਾ, ਪਰ ਉਹ ਜਿਨ੍ਹਾਂ ਨੇ ਕਰਿਆ ਸੀ ਰੇਪ ਉਹਨਾਂ ਦੇ ਗਲ 'ਚ ਹਾਰ ਪਾਏ ਗਏ, ਗਲ 'ਚ ਹਾਰ, ਉੱਥੇ ਤੁਹਾਡੇ ਖਿਆਲ 'ਚ ਦਲਿਤ ਮੰਤਰੀ ਹੈ ਨਹੀਂ? ਬਿਲਕੁਲ, ਉੱਥੇ ਦਲਿਤ MLA ਨਹੀਂ ਹੈਗੇ, ਸਹੀ ਹੈ, 25% MLA ਤਾਂ ਦਲਿਤ ਹੈਗੇ ਨੇ ਨਾ UP 'ਚ, ਬਿਲਕੁਲ, 100 MLA ਆ 400 'ਚੋਂ, ਬਿਲਕੁਲ ਬਿਲਕੁਲ। ਤੁਸੀਂ ਕੀ ਕਿਹੜੀ ਗੱਲ ਕਰਦੇ ਹੋ ਵੀ ਦਲਿਤਾਂ ਨੂੰ, ਦਲਿਤ ਚੀਫ ਜਸਟਿਸ ਆਫ ਇੰਡੀਆ ਰਹੇ ਨੇ, ਸਹੀ ਹੈ, ਫਿਰ ਦਲਿਤਾਂ ਨੂੰ ਇਨਸਾਫ ਮਿਲ ਗਿਆ? ਦਲਿਤ ਹੁਣ ਪ੍ਰੈਜੀਡੈਂਟ ਨੇ, ਪਹਿਲਾਂ ਵੀ ਪ੍ਰੈਜੀਡੈਂਟ ਹੈ KR ਨਰਾਇਣਨ ਜੀ, ਠੀਕ ਹੈ, ਬਹੁਤ ਹੀ ਇੰਟੈਲੀਜੈਂਟ ਸੀਗੇ, ਠੀਕ ਹੈ ਜੀ, ਉਹ ਵੀ ਪ੍ਰੈਜੀਡੈਂਟ ਰਹੇ ਨੇ, ਫਿਰ ਦਲਿਤਾਂ ਨੂੰ ਇਨਸਾਫ ਮਿਲ ਗਿਆ, ਸਹੀ ਹੈ ਜੀ। ਬੈਕਵਰਡ ਕਲਾਸ ਦੇ ਵਿੱਚ ਗਿਆਨੀ ਜੈਲ ਸਿੰਘ ਰਹੇ ਨੇ, ਪ੍ਰੈਜੀਡੈਂਟ ਆਫ ਇੰਡੀਆ, ਬਿਲਕੁਲ, ਹੋਮ ਮਿਨਿਸਟਰ ਵੀ ਰਹੇ ਨੇ, ਬਿਲਕੁਲ, ਫਿਰ ਇਨਸਾਫ ਮਿਲ ਗਿਆ, ਬਿਲਕੁਲ। ਜਗਜੀਵਨ ਰਾਮ ਜੀ, ਕਿੰਨੀ ਦੇਰ ਦਲਿਤਾਂ ਦੇ ਐਡੇ ਵੱਡੇ ਲੀਡਰ ਰਹੇ ਨੇ, ਕੇਂਦਰ ਦੇ ਵਿੱਚ ਮੰਤਰੀ ਰਹਿੰਦੇ ਰਹੇ ਨੇ, ਫਿਰ ਦਲਿਤਾਂ ਨੂੰ ਇਨਸਾਫ ਮਿਲਿਆ? ਬੂਟਾ ਸਿੰਘ ਹੋਮ ਮਿਨਿਸਟਰ ਰਿਹਾ, ਹਾਂਜੀ, ਫਿਰ ਦਲਿਤਾਂ ਨੂੰ ਇਨਸਾਫ ਮਿਲਿਆ? ਸੋ ਇਹ ਕਹਿਣਾ ਕਿ ਜੇ ਦਲਿਤ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਕੁਛ ਹੋ ਜਾਏਗਾ ਫਿਰ ਦਲਿਤਾਂ ਨੂੰ ਇਨਸਾਫ ਮਿਲ ਜਾਏਗਾ, ਇਹ ਆਪਣੇ ਆਪ 'ਚ ਹੀ ਅਤਕਥਨੀ ਹੈ, ਆਪਣੇ ਆਪ 'ਚ ਹੀ ਧੋਖਾ ਹੈ, ਆਪਣੇ ਆਪ 'ਚ ਹੀ ਉਹਨਾਂ ਨੂੰ ਬਿਲਕੁਲ, ਬਲਕਿ ਉਹਨਾਂ ਨੂੰ ਧੋਖਾ ਦੇਣ ਦਾ ਵੱਡਾ ਸਾਧਨ ਹੈ, ਹਾਂਜੀ, ਕਿਉਂਕਿ ਉਹਨਾਂ ਦੇ ਕੁਛ ਉਹਨਾਂ 'ਚ ਵੀ ਬ੍ਰਾਹਮਣ ਪੈਦਾ ਹੋ ਗਏ ਨਾ, ਸਹੀ ਹੈ ਜੀ, ਉਹ ਜਿਹੜੇ ਬ੍ਰਾਹਮਣਾਂ ਨੂੰ ਬੈਨੀਫਿਟ ਦੇਣਾ, ਉਹ ਕਹਿੰਦੇ ਇਹਨਾਂ ਨੂੰ ਪਿੱਛੇ ਲਾ ਲੈਣਗੇ, ਜਿਵੇਂ ਸਾਰੇ ਉੱਚੀ ਜਾਤੀਆਂ ਵਾਲੇ ਹਿੰਦੂਵਾਦ ਦੇ ਨਾਂ 'ਤੇ ਗਰੀਬ ਹਿੰਦੂ ਨੂੰ ਪਿੱਛੇ ਲਾ ਰਿਹਾ, ਸਹੀ ਹੈ ਜੀ, ਸਿੱਖ ਸਿੱਖ ਨੂੰ ਪਿੱਛੇ ਲਾ ਰਿਹਾ, ਬਿਲਕੁਲ, ਮੁਸਲਮਾਨ ਮੁਸਲਮਾਨ ਨੂੰ ਪਿੱਛੇ ਲਾ ਰਿਹਾ, ਦਲਿਤ ਦਲਿਤ ਨੂੰ ਪਿੱਛੇ ਲਾ ਰਿਹਾ, ਅਸਲ 'ਚ ਪੁੱਤਲੇ ਸਾਰੇ ਮੁਸਲਮਾਨ ਵੀ, ਸਿੱਖ ਵੀ, ਹਿੰਦੂ ਵੀ, ਈਸਾਈ ਵੀ, ਅਤੇ ਇਹ ਦਲਿਤ ਵੀ, ਉਤਲੇ ਨੇ ਜਿਹੜੇ ਉਹ ਆਪਦੇ ਸਾਰੀ ਅੰਗਲੀ ਸੰਗਲੀ ਇਕੱਠੀ ਆ ਉਹਨਾਂ ਦੀ, ਥੱਲੇ ਵਾਲੇ ਵੱਖਰੇ ਨੇ, ਉਹ ਇੱਕ ਇੱਕ ਨੂੰ ਆਪਦੇ ਨੂੰ ਵੰਡ ਕੇ ਰੱਖ ਦਿਓ, ਕਹਿੰਦੇ ਆਪਾਂ ਵੰਡ ਕੇ ਰੱਖੋ ਤਾਂ ਹੀ ਠੀਕ ਹੈ, ਬਿਲਕੁਲ, ਸੌਦੇਬਾਜ਼ੀ ਤਾਂ ਹੀ ਚੱਲੂਗੀ, ਬਿਲਕੁਲ। ਹੁਣ ਵੀ 30 MLA ਦਲਿਤ ਨੇ, ਬਿਲਕੁਲ, ਪੰਜਾਬ ਦੀ ਅਸੈਂਬਲੀ 'ਚ 30 MLA ਦਲਿਤ ਨੇ, ਫਿਰ ਦਲਿਤਾਂ ਨੂੰ ਇਨਸਾਫ ਮਿਲ ਗਿਆ ਕਿਤੇ? MLA ਕੋਲ ਮਾੜੀ ਮੋਟੀ ਤਾਂ ਪਾਵਰ ਹੈਗੀ ਹੀ ਹੈ ਨਾ, ਸਹੀ ਹੈ ਜੀ, ਮੰਤਰੀ ਹੈਗੇ ਨੇ ਦਲਿਤ, ਬਿਲਕੁਲ, ਇਹਨਾਂ ਦੇ ਉਹ ਜਿਹੜੇ ਦੀਨਾਨਗਰ ਤੋਂ ਹੈਗੇ ਨੇ ਆਸ਼ਾ ਕੁਮਾਰੀ ਜੀ, ਹਾਂਜੀ, ਉਹ ਦਲਿਤ
ਸੋ ਇਹ ਕਹਿਣਾ ਵੀ ਦਲਿਤ ਹੋਏਗਾ ਤਾਂ ਫਾਇਦਾ ਹੋ ਜਾਏਗਾ, ਇਹ ਗਲਤ ਹੈ। ਹਾਂਜੀ, ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਮੈਂ ਤੁਹਾਨੂੰ ਕੰਕਰੀਟ। ਹਾਂਜੀ, ਮੇਰੇ ਕੋਲ ਸੱਚੜ ਦਾ ਦਿਨ ਸੀ, ਇੱਕ ਬੱਚਾ ਆਇਆ। ਹਾਂਜੀ, ਕਹਿੰਦਾ ਜੀ ਮੇਰਾ ਯੂਨੀਵਰਸਿਟੀ ਨੇ ਫਰੀਦਕੋਟ ਬਾਬਾ ਫਰੀਦ ਯੂਨੀਵਰਸਿਟੀ ਨੇ ਰੋਲ ਨੰਬਰ ਦੇਣ ਤੋਂ ਨਾ ਕਰਤੀ ਵੀ ਤੇਰਾ ਸਰਟੀਫਿਕੇਟ ਦਲਿਤ ਦਾ ਠੀਕ ਨਹੀਂ ਹੈ, ਸ਼ਡਿਊਲ ਕਾਸਟ ਦਾ। ਅੱਛਾ, ਕੀ ਉਹਨਾਂ ਨੇ ਓਬਜੈਕਸ਼ਨ ਲਾਇਆ? ਕਹਿੰਦੇ ਜੀ ਉਹ ਕਹਿੰਦੇ ਨੇ ਵੀ SDM ਦੀ ਮੋਹਰ ਹੈ, ਇੱਥੇ SDO ਦੀ ਮੋਹਰ ਚਾਹੀਦੀ ਹੈ। ਅੱਛਾ ਜੀ, ਮੈਂ ਆਖਿਆ ਵੀ ਉਹਨੇ ਲਿਖ ਕੇ ਦਿੱਤਾ? ਕਹਿੰਦਾ ਨਹੀਂ ਜੀ। ਮੈਂ ਫਿਰ ਤੁਹਾਡਾ ਤਾਂ ਮਹਿਕਮਾ ਯਾਰ ਹੋਰ ਹੈ, ਵੈਲਫੇਅਰ ਮਹਿਕਮਾ ਹੈ, ਭਲਾਈ ਮਹਿਕਮਾ, ਉਹਦੇ ਕੋਲ ਜਾਣਾ ਸੀ। ਬਿਲਕੁਲ। ਕਹਿੰਦਾ ਜੀ ਹਫ਼ਤਾ ਹੋ ਗਿਆ ਘੁੰਮਦੇ ਨੂੰ, ਉਹਨਾਂ ਨੇ ਤਾਂ ਮੈਨੂੰ ਰਾਏ ਨਹੀਂ ਦਿੱਤਾ। ਰਾਏ ਨਹੀਂ ਦਿੱਤਾ। ਨੈਕਸਟ ਡੇ ਇਮਤਿਹਾਨ ਸੀ, ਮੈਂ ਕੋਈ ਦਲਿਤ ਨਹੀਂ ਹਾਂ। ਸਹੀ ਹੈ ਜੀ। ਮੈਂ ਕੋਈ ਦਲਿਤਾਂ ਦਾ ਮਸੀਹਾ ਨਹੀਂ ਹਾਂ। ਸਹੀ ਹੈ ਜੀ। ਅਤੇ ਮੇਰੀ ਕੋਈ ਡਿਊਟੀ ਨਹੀਂ ਸੀ ਉਹਨੂੰ ਰੋਲ ਨੰਬਰ ਦਵਾਉਣਾ। ਬਿਲਕੁਲ। ਪਰ ਮੈਂ ਸੋਚਿਆ ਵੀ ਜਦ ਮੈਂ ਜਾਣਾ ਯਾਰ, ਮੈਂ ਨਾ ਕਿਸੇ ਤੱਪੜੀ 'ਤੇ ਬੈਠੇ ਨੂੰ ਪੁੱਛਦਾ ਜੁੱਤੀਆਂ ਗੱਡਣ ਵਾਲੇ ਨੂੰ ਵੀ ਯਾਰ ਇੱਧਰ ਰਸਤਾ ਕਿੱਧਰ ਨੂੰ ਹੈ। ਹਾਂਜੀ, ਉਹ ਉੱਥੋਂ ਤੱਪੜੀ ਤੋਂ ਉੱਠ ਕੇ ਆ ਕੇ ਮੈਨੂੰ ਮੇਰੀ ਗੱਡੀ 'ਚ ਆ ਕੇ ਦੱਸ ਦਿੰਦਾ, ਉਹਨੂੰ ਤਾਂ ਕੋਈ ਪੈਸਾ ਵੀ ਨਹੀਂ ਮਿਲਦਾ। ਸਹੀ ਹੈ, ਉਹ ਤਾਂ ਆਪਣਾ ਕੰਮ ਛੱਡ ਕੇ ਆਉਂਦਾ। ਸਹੀ ਹੈ, ਮੈਂ ਤਾਂ ਉਹਦੇ ਘੱਟੋ ਘੱਟ ਅਫਸਰ ਤਾਂ ਹੈਗਾ ਸਰਕਾਰੀ। ਸਹੀ ਹੈ ਜੀ। ਅਤੇ ਮਹਿਕਮਾ ਤਾਂ ਸਾਡਾ ਹੀ ਹੈ ਨਾ ਜਿਹਨੇ ਇਹਨੂੰ ਆਜ਼ਾਦੀ ਕਰੀ ਹੈ, ਮੇਰੀ ਤਾਂ ਉਦੋਂ ਵੱਧ ਡਿਊਟੀ। ਉਹ ਤੱਪੜੀ ਵਾਲਾ ਸਾਨੂੰ ਜੁੱਤੀਆਂ ਗੱਲ ਦਾ ਵਿਚਾਰਾ ਆਪਦਾ ਕੰਮ ਛੱਡ ਕੇ ਆ ਕੇ ਮੈਨੂੰ ਦੱਸ ਦਿੰਦਾ ਰਸਤਾ, ਅਤੇ ਮੈਂ ਕਿਉਂ ਨਹੀਂ ਉਹਨੂੰ ਦੱਸਾਂ? ਸਹੀ ਹੈ ਜੀ। ਮੈਂ ਨਾਲ ਦੀ ਨਾਲ ਫੋਨ ਕਰਿਆ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ, ਮੈਂ ਕਿਹਾ ਜੀ ਆਹ ਗੱਦਾ ਹੈ ਅਤੇ ਇਹ ਹੈ। ਕਹਿੰਦੇ ਫਿਰ ਹੁਣ ਕੀ ਆਪ ਕਿਆ ਕਰੇ, ਅੱਜ ਤੋਂ ਛੁੱਟੀ ਹੈ। ਮੈਨੂੰ ਬੋਲਾ ਜੀ ਬਾਤ ਤੋਂ ਨਜਾਇਜ਼ ਹੋ ਰਹੀ ਹੈ ਬੱਚੇ ਸੇ, ਅਗਰ ਆਪ ਆਰਡਰ ਕਰੇ ਤੋ ਮੈਂ ਜਾਰੀ ਕਰ ਦਿੱਤਾ ਹੂੰ ਸਰਟੀਫਿਕੇਟ। ਕਹਿੰਦੇ ਹਾਂ ਕਰ ਦਿਉ। ਮੈਂ ਫਾਈਲ 'ਤੇ ਰਿਕਾਰਡ ਕਰਤਾ ਵੀ ਮੇਰੀ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਕਿ ਆਹ ਰੂਲ ਨੇ, ਇਹਦੇ ਮੁਤਾਬਕ ਇਹਦਾ ਰੋਲ ਨੰਬਰ ਜਾਰੀ ਕਰਿਆ ਜਾਵੇ, ਅਤੇ ਨਾਲ ਹੀ ਇਹ ਲਿਖਤਾ ਵੀ ਜੇ ਹੋਰ ਕਿਸੇ ਦਾ ਵੀ ਇੱਦਾਂ ਰੋਕਿਆ ਉਹ ਵੀ ਜਾਰੀ ਕਰੋ, ਨਹੀਂ ਤਾਂ ਤੁਹਾਡੇ 'ਤੇ ਐਕਸ਼ਨ ਲਵਾਂਗੇ। ਸਹੀ ਹੈ ਜੀ। ਠੀਕ ਹੋ ਗਿਆ। ਉਹਨੂੰ ਹੀ ਫੜਾ ਦੀਆਂ ਦੋਨੇ ਕਾਪੀਆਂ, ਮੈਂ ਲੈ ਜਾ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਵੀ ਸਾਡੀ ਕਾਪੀ ਵੀ ਨਾਲ ਲੈ ਕੇ ਆ ਜਾ। ਹੁਣ ਜਦ ਤੁਸੀਂ ਮੈਨੂੰ ਦੱਸੋ ਵੀ ਦਲਤਾਂ ਨੂੰ ਤਾਂ ਕਰਿਆ ਹੀ ਨਹੀਂ ਕੰਮ। ਸਹੀ ਗੱਲ। ਇੱਦਾਂ ਇੱਕ ਹੋਰ ਸੀ, ਉਹ ਕੁੜੀ ਨੂੰ ਜੋਬ ਨਾ ਮਿਲਿਆ, ਹੁਣ ਉਹ ਪ੍ਰੋਫੈਸਰ ਬਣੀ ਹੋਈ ਹੈ। ਠੀਕ ਹੈ। ਅਤੇ ਉਹ ਦਲਿਤ ਸੈਕਟਰੀ ਸੀ, ਉਹਨੇ ਵੀ ਫਾਈਲ ਕਰਤੀ ਉਹਦੀ ਅਰਜ਼ੀ। ਮੈਂ ਕਿਹਾ ਜੀ ਮੈਨੂੰ ਇਹ ਸਮਝ ਨਹੀਂ, ਫਿਰ ਮੈਂ ਉਹ ਕਢਵਾ ਕੇ ਠੀਕ ਕਰਵਾਇਆ, ਹੁਣ ਉਹ ਪ੍ਰੋਫੈਸਰ ਬਣ ਗਈ ਤੁਹਾਡੇ ਫਰੀਦਕੋਟ 'ਚ। ਠੀਕ, ਨਹੀਂ ਤਾਂ ਉਹ ਵਿਚਾਰੀ ਉਹਨੂੰ ਕੋਈ ਲੈਕਚਰਰ ਨਹੀਂ ਲੱਗ ਰਿਹਾ। ਸੋ ਇਹ ਜਿਹੜਾ ਜੇ ਕੋਈ ਇਹ ਕਹਿਣਾ ਹੈ ਵੀ ਦਲਿਤ ਦਲਿਤਾਂ ਦਾ ਬੈਨੀਫਿਟ ਕਰ ਦੇਣਗੇ, ਅਫਸਰ ਦੇ ਤੌਰ 'ਤੇ ਨਹੀਂ ਦਲਿਤਾਂ ਦਾ ਕਦੇ ਕਿਸੇ ਨੇ ਕਰਿਆ ਬਹੁਤੇ ਵਾਰੀ। ਸਹੀ ਹੈ, ਸਹੀ ਹੈ, ਸਹੀ। ਉਹ ਤਾਂ ਅੰਗੜੀ ਸੰਗੜੀ ਰੈਡੀ ਹੋਵੇ ਫਿਰ ਕਰਦੇ ਨੇ। ਸਹੀ ਹੈ, ਸਹੀ ਹੈ। ਜਾਂ ਕਿਸੇ ਨੇ ਊਂ ਤਾਂ ਨਾ ਤਾਂ ਨਹੀਂ ਹੋਵੇ। ਬਿਲਕੁਲ, ਬਿਲਕੁਲ। ਰੂਟੀਨ 'ਚ ਨਹੀਂ ਕਰਦੇ ਵੀ ਹਾਂ ਯਾਰ ਦਲਿਤਾਂ ਦਾ, ਜਾਂ ਫਿਰ ਵੀ ਆਪਾਂ ਤਾਂ ਕਰਨਾ ਹੀ ਦਲਿਤਾਂ ਦਾ, ਭਾਵੇਂ ਜਾਇਜ਼ ਹੋਵੇ ਭਾਵੇਂ ਨਜਾਇਜ਼ ਹੋ ਜਾਵੇ। ਹਾਂਜੀ, ਤੁਸੀਂ ਸਰਕਾਰੀ ਅਫਸਰ ਦੇ ਤੌਰ 'ਤੇ ਇਨਸਾਫ ਕਰਨਾ ਹੁੰਦਾ ਕਾਨੂੰਨ ਦੇ ਮੁਤਾਬਕ। ਬਿਲਕੁਲ ਜੀ। ਅਤੇ ਉਹਦੇ 'ਚ ਦਲਿਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਦੂਜਿਆਂ ਨੂੰ ਵੀ ਨਹੀਂ ਮਿਲ ਰਿਹਾ, ਪਰ ਦਲਿਤਾਂ ਨੂੰ ਜ਼ਿਆਦਾ ਨਹੀਂ ਮਿਲ ਰਿਹਾ। ਜ਼ਿਆਦਾ ਨਹੀਂ ਮਿਲ ਰਿਹਾ, ਪਰ ਦਲਿਤ ਅਫਸਰਾਂ ਨੇ ਕਦੇ ਕਰਤਾ ਦਲਿਤਾਂ ਨੂੰ ਇਨਸਾਫ, ਇਹ ਦੱਸ ਦੇ ਹੁਣ ਗਿਣਨਾ ਨਾ ਪੰਜਾਬ 'ਚ। ਸਹੀ ਹੈ ਜੀ। ਸੋ ਇਸ ਕਰਕੇ ਇਹ ਕਹਿਣਾ ਕਿ ਦਲਿਤ ਨੂੰ ਬਿਠਾ ਕੇ ਤੁਸੀਂ ਡਿਪਟੀ CM CM ਲਾ ਕੇ, ਜੇ ਉਹ ਮੰਤਰੀ ਲੱਗ ਕੇ ਕੁਛ ਨਹੀਂ ਕਰਿਆ ਫਿਰ ਡਿਪਟੀ CM ਲੱਗ ਕੇ ਕੀ ਕਰੂ? ਡਿਪਟੀ CM ਤਾਂ ਮੰਤਰੀ ਹੋਈ ਹੈ ਨਾ ਬੇਸਿਕਲੀ, ਅਤੇ CM ਲੱਗ ਕੇ ਵੀ ਕੀ ਕਰੂਗਾ? ਸਹੀ ਗੱਲ। ਸੋ ਮੇਰਾ ਮਤਲਬ ਇਹ ਹੈ ਵੀ ਇਹ ਲੋਕਾਂ ਨੂੰ ਲੋਲੀਪੋਪ, ਤੁਸੀਂ ਠੀਕ ਕਿਹਾ, ਲੋਲੀਪੋਪ ਦਿੱਤਾ ਜਾ ਰਿਹਾ, ਕਨਫਿਊਜ਼ ਕਰਿਆ ਜਾ ਰਿਹਾ। ਔਰ ਜਿਹੜੇ ਕਹਿੰਦੇ ਵੀ ਦਲਿਤ ਦੀ ਵੋਟ ਸਾਡੇ ਹੱਥ 'ਚ, ਉਹ ਵੀ ਗਲਤ ਹੈ। ਹਾਂਜੀ, ਪੰਜਾਬ ਦੇ ਵਿੱਚ 35% ਵੋਟ ਹੈ ਦਲਿਤਾਂ ਦੀ। ਠੀਕ ਹੈ ਜੀ। ਪਰ ਉਹ ਤਾਂ ਵੰਡੀ ਹੋਈ ਹੈ, ਦਲਿਤ ਹਿੰਦੂ ਵੀ ਨੇ, ਦਲਿਤ ਸਿੱਖ ਵੀ ਨੇ, ਮਜ਼੍ਹਬੀ ਸਿੱਖ ਤਾਂ ਸਾਰੇ ਦਲਿਤ ਸਿੱਖ ਹੀ ਨੇ ਨਾ, ਜਿਹੜੇ ਮਜ਼੍ਹਬੀ ਸਿੱਖ ਬਣੇ ਹੋਏ ਨੇ, ਕਈ ਰਵਦਾਸੀਏ ਸਿੱਖ ਵੀ ਨੇ। ਸਹੀ ਹੈ ਜੀ। ਫਿਰ ਜਿਹੜੇ ਆਪਣੇ ਮਾਲਵੀ ਤਾਂ ਬਾਲਮੀਕਿ ਸਮਝੋ ਮਜ਼੍ਹਬੀ ਅਤੇ ਰਵਦਾਸੀਏ ਦਾ ਸਵਾਲ ਹੈ, ਇੱਧਰ ਹੈਗਾ ਰਾਮਦਾਸੀ ਅਤੇ ਰਵਦਾਸੀ ਦਾ ਦੁਆਬੇ 'ਚ। ਦੁਆਬੇ 'ਚ ਫਿਰ ਇਸ ਤੋਂ ਅੱਗੇ ਕੀ ਹੈ, ਸਿੱਖ ਵੀ ਹੋ ਗਏ, ਹਿੰਦੂ ਵੀ ਹੋ ਗਏ, ਫਿਰ ਉਹ BJP 'ਚ ਵੀ ਨੇ, BJP ਉਹ ਅਕਾਲੀਆਂ 'ਚ ਵੀ ਨੇ, ਸਹੀ, ਉਹ ਕਾਂਗਰਸੀਆਂ 'ਚ ਵੀ ਨੇ, ਸਹੀ, ਉਹ ਆਪ ਵਾਲਿਆਂ 'ਚ ਵੀ ਨੇ, ਉਹ BSP 'ਚ ਵੀ ਨੇ, ਉਹ ਕਾਂਗਰੇਡਾਂ 'ਚ ਵੀ ਨੇ, ਕਾਂਗਰੇਡਾਂ 'ਚ ਵੀ ਨੇ, ਅਤੇ ਫਿਰ ਉਹ ਤਾਂ ਕਿੰਨੀ ਸਾਲ ਦੇ ਵੰਡੇ ਹੋਏ ਨੇ। ਸਹੀ ਹੈ ਜੀ। ਸੋ ਇਸ ਕਰਕੇ ਦਲਿਤ ਕੋਈ ਮੋਨੋਲਿਥ ਨਹੀਂ ਹੈਗੇ। ਫਿਰ ਕਈ ਕਹਿੰਦੇ ਨੇ ਵੀ ਇਹ ਇਕੱਠੇ ਹੋ ਜਾਣ, ਜੇ ਇਕੱਠੇ ਹੋ ਕੇ 35% ਵੋਟ ਪਾ ਵੀ ਦੇਣਗੇ ਫਿਰ ਕਿਹੜੇ ਜਿੱਤ ਜਾਣਗੇ। ਪਹਿਲੀ ਗੱਲ ਤਾਂ ਇਹ ਬੜੀ ਦੂਰ ਦੀ ਕੌਡੀ ਹੈ, ਸਾਰੇ 35% ਦਲਿਤ ਇਕੱਠੇ ਹੋ ਜਾਣ। ਜੇ ਇਕੱਠੇ ਹੋ ਜਾਣ ਫਿਰ ਕਿੱਥੋਂ, ਫਿਰ ਉਹਨਾਂ ਦੇ ਉਲਟ ਦੂਜੇ ਇਕੱਠੇ ਹੋ ਜਾਣਗੇ। ਬਿਲਕੁਲ। ਸੋ ਦਲਿਤ ਕਹਿ ਕੇ ਜਿੰਨੇ ਤੁਸੀਂ ਦਲਿਤ ਪੱਤਾ ਖੇਡਦੇ ਹੋ ਉਹਦੇ ਨਾਲ ਦੇ ਨਾਲ ਹੀ ਤੁਸੀਂ ਹਿੰਦੂਆਂ ਨੂੰ, ਬ੍ਰਾਹਮਣਾਂ ਨੂੰ, ਸਿੱਖਾਂ ਨੂੰ ਉਹਨਾਂ ਦੇ ਪੈਰ ਖੜਾ ਕਰਤਾ। ਜਦ ਤੁਸੀਂ ਕਹਿੰਦੇ ਇਹ ਦਲਿਤ ਇਹਦੇ ਨਾਲ ਜਾਤੀ ਹੋ ਗਈ, ਨਾਲ ਦੇ ਨਾਲ ਦੂਜੇ ਕਹਿੰਦੇ ਕੋਈ ਜਾਤੀ ਨਹੀਂ ਹੋਈ, ਸਾਡੇ ਨਾਲ ਬਥੇਰੀ ਹੁੰਦੀ, ਤੁਸੀਂ ਇਹ ਕਹਿ ਕੇ ਤੁਸੀਂ ਕਹੋ ਵੀ ਬੰਦੇ ਨਾਲ ਜਾਤੀ ਹੋਈ ਹੈ, ਗਰੀਬ ਆਦਮੀ ਹੈ, ਇਹ ਮਨੁੱਖ ਨਾਲ ਜਾਤੀ ਹੋਈ ਹੈ, ਹਾਂ ਉਹਦਾ ਹੱਲ ਕਰੋ ਤੁਸੀਂ। ਜਦ ਤੁਸੀਂ ਦਲਿਤ ਨਾਨ ਦਲਿਤ ਕਰਦੇ ਹੋ,
ਹਿੰਦੂ ਨਾਨ ਹਿੰਦੂ ਕਰ ਦਿਓ, ਹਿੰਦੂ ਸਿੱਖ ਕਰ ਦਿਓ, ਉਹਦੇ ਨਾਲ ਦੀ ਨਾਲ ਤੁਸੀਂ ਇੱਕ ਵਿਰੋਧੀ ਖੜਾ ਕਰ ਦਿੰਦੇ ਹੋ ਆਪਣੇ ਆਪ ਹੀ। ਸਹੀ ਹੈ ਜੀ, ਤੁਸੀਂ ਆਪਦਾ ਵਿਰੋਧੀ ਖੁਦ ਸਿਰਜ ਦਿੰਦੇ ਹੋ। ਸੋ ਇਹ ਗੱਲ ਨਹੀਂ ਕਰਨੀ ਚਾਹੀਦੀ। ਇਹ ਸਿਰਜ ਰਹੇ ਨੇ ਹੁਣ, ਕਿਉਂਕਿ ਸਿਆਸੀ ਪਾਰਟੀਆਂ ਨੇ ਤਾਂ ਵਿਰੋਧੀ ਸਿਰਜ ਨਹੀਂ ਸਿਰਜਣਾ, ਇਹ ਸਿਰਜ ਰਹੇ ਨੇ। ਅੱਜ ਦਲਿਤਾਂ ਦੀ ਲੋੜ ਕਹਿਣ ਦੀ ਕੋਈ ਗੱਲ ਨਹੀਂ, ਦਲਿਤ ਮੁੱਖ ਮੰਤਰੀ ਬਣੇ ਨਾ ਬਣੇ, ਸਾਡੇ ਤਾਂ ਮਸਲੇ ਹੱਲ ਹੋਣੇ ਚਾਹੀਦੇ। ਸਾਨੂੰ ਵਨ ਥਰਡ ਜ਼ਮੀਨ ਜਿਹੜੀ ਮਿਲਣੀ ਮਿਲਣੀ ਚਾਹੀਦੀ ਹੈ, 5 ਮਰਲੇ ਦੇ ਪਲਾਟ ਮਿਲਣੇ ਚਾਹੀਦੇ ਨੇ, ਮਨਰੇਗਾ ਕਾਰਡ ਬਣਨੇ ਚਾਹੀਦੇ ਨੇ, ਬੱਚਿਆਂ ਦੀ ਪੜ੍ਹਾਈ ਹੋਣੀ ਚਾਹੀਦੀ ਹੈ, ਸਾਨੂੰ ਸਿਹਤ ਮਿਲਣੀ ਚਾਹੀਦੀ ਹੈ, ਸਾਡੇ ਆਟਾ ਦਾਲ ਦੇ ਕਾਰਡ ਬਣਨੇ ਚਾਹੀਦੇ ਨੇ, ਸਾਡੀਆਂ ਪੈਨਸ਼ਨਾਂ ਲੱਗਣੀਆਂ ਚਾਹੀਦੀਆਂ ਨੇ ਜਿਹੜੀਆਂ ਬਣਦੀਆਂ ਨੇ, ਇਹਦੇ ਸਾਨੂੰ ਧੱਕਾ ਨਾ ਹੋਵੇ। ਸਹੀ ਹੈ। ਇੱਕ ਡਾਕਟਰ ਸਾਹਿਬ, ਇਹ ਆਪਾਂ ਤਾਂ ਇਹ ਤਾਂ ਗੱਲ ਕਰ ਲਈ, ਹੁਣ ਮੇਰਾ ਇੱਕ ਸਵਾਲ ਹੈ ਵੀ ਦਲਿਤ ਸ਼ਬਦ ਕਿੱਥੋਂ ਆਇਆ? ਬਾਕੀ ਅਸੀਂ ਦੇਸ਼ਾਂ 'ਚ ਦੇਖਦੇ ਹਾਂ ਕੋਈ ਅਜਿਹਾ ਨਹੀਂ ਹੈ, ਸਾਡੇ ਦਲਿਤ ਸ਼ਬਦ ਕਿੱਥੋਂ? ਨਹੀਂ ਨਹੀਂ ਨਹੀਂ, ਸਾਡੇ ਤਾਂ ਜਿਹੜਾ ਸਾਡੇ ਸ਼ਬਦ ਹੈ ਨਾ, ਹਾਂਜੀ, ਸਾਡੇ ਤਾਂ ਸ਼ੂਦਰ ਸ਼ਬਦ ਹੈ। ਸ਼ੂਦਰ, ਠੀਕ ਹੈ, ਸਾਡੇ ਤਾਂ ਸ਼ੂਦਰ ਹੈ, 4 ਵਰਨਾਂ ਦੇ ਵਿੱਚ ਸ਼ੂਦਰ 1 ਵਰਨ ਕਿਹਾ ਗਿਆ। ਠੀਕ ਹੈ ਜੀ, ਠੀਕ ਹੈ ਜੀ, ਅਤੇ ਉਹਦੇ 'ਚ ਕਿਹਾ ਬ੍ਰਾਹਮਣ, ਕਸ਼ਤਰੀ, ਹਾਂਜੀ, ਵੈਸ ਅਤੇ ਸ਼ੂਦਰ। ਹਾਂਜੀ, ਉਹ ਸ਼ੂਦਰ ਜਿਹੜਾ ਸੀ ਉਹਨੂੰ ਕਹਿਤਾ ਵੀ ਇਹ ਤਾਂ ਬ੍ਰਹਮਾ ਦੀਆਂ ਜੰਗਾਂ 'ਚੋਂ ਨਿਕਲਿਆ। ਠੀਕ ਹੈ ਜੀ, ਜਿਹੜਾ ਬ੍ਰਾਹਮਣ ਹੈ ਉਹ ਬ੍ਰਹਮਾ ਦੇ ਮੁੱਖ 'ਚੋਂ ਨਿਕਲਿਆ। ਠੀਕ ਹੈ ਜੀ, ਜਿਹੜਾ ਹੈਗਾ ਆਪਣਾ ਕਸ਼ਤਰੀ ਉਹ ਬਾਜੂਆਂ 'ਚੋਂ ਨਿਕਲਿਆ, ਹੈਂ, ਅਤੇ ਜਿਹੜਾ ਹੈਗਾ ਵੈਸ਼ ਉਹ ਪੇਟ 'ਚੋਂ ਨਿਕਲਿਆ। ਠੀਕ ਹੈ, ਇਹ ਜੰਗਾਂ 'ਚੋਂ ਨਿਕਲਿਆ, ਇਸ ਕਰਕੇ ਇਹਨੂੰ ਨਾ ਤਾਂ ਵਿੱਦਿਆ ਪੜ੍ਹਨ ਦਾ ਅਧਿਕਾਰ ਹੈ। ਠੀਕ ਹੈ ਜੀ, ਨਾ ਇਹਨੂੰ ਵੇਦ ਸੁਣਨ ਦਾ ਅਧਿਕਾਰ ਹੈ। ਠੀਕ ਹੈ ਜੀ, ਨਾ ਇਹਨੂੰ ਚੰਗੇ ਕੱਪੜੇ ਪਾਉਣ ਦਾ ਅਧਿਕਾਰ ਹੈ। ਠੀਕ ਹੈ ਜੀ, ਨਾ ਇਹਨੂੰ ਘੋੜੀ 'ਤੇ ਚੜ੍ਹਨ ਦਾ ਅਧਿਕਾਰ ਹੈ, ਇਹਨੂੰ ਕੋਈ ਜੀਵਨ ਦਾ ਅਧਿਕਾਰ ਨਹੀਂ ਹੈ। ਠੀਕ ਹੈ ਜੀ, ਪਹਿਲੀ ਗੱਲ ਤਾਂ ਉਹਦੇ 'ਚ ਕਹਿਤਾ, ਮੈਨੂੰ ਸਿਮਰਤੀ 'ਚ ਇਹੀ ਕੁਛ ਹੈ, ਗਾਢੂ ਪੁਰਾਣ ਪਿਆ ਇਹਦੇ 'ਚ ਵੀ ਇਹੀ ਕੁਛ ਹੈ। ਹਾਂਜੀ, ਫਿਰ ਇਹ ਕਹਿਤਾ ਵੀ ਜੇ ਉਹੀ ਕ੍ਰਾਈਮ ਦਲਿਤ ਕਰੇ ਤਾਂ 5 ਗੁਣਾ ਸਜ਼ਾ। ਠੀਕ ਹੈ, ਜੇ ਉਹੀ ਕ੍ਰਾਈਮ ਕੋਈ ਵੈਸ਼ ਕਰੇ ਤਾਂ ਉਦੋਂ ਘੱਟ, ਖੱਤਰੀ ਕਰੇ ਤਾਂ ਉਦੋਂ ਘੱਟ, ਬ੍ਰਾਹਮਣ ਕਰੇ ਜਾਂ ਤਾਂ ਹੈ ਹੀ ਨਹੀਂ ਸਜ਼ਾ ਕੋਈ ਉਸ ਕ੍ਰਾਈਮ ਦੀ, ਜਾਂ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਹੁਣ ਇਹ ਸੰਵਿਧਾਨ ਤਾਂ ਸਾਡਾ ਅਲਾਓ ਨਹੀਂ ਕਰਦਾ, ਜੇ ਕਿਸੇ ਨੇ ਕਿਸੇ ਦੇ ਸਿਰ 'ਚ ਗੰਡਾਸਾ ਮਾਰਿਆ 326 ਬਣ ਗਈ, ਉਹ ਤਾਂ ਚਾਹੇ ਦਲਿਤ ਦੇ ਬਣੀ ਹੈ ਚਾਹੇ ਨਾਨ ਦਲ ਦੇ ਬਣੀ ਹੈ, 326 ਸਜ਼ਾ ਤਾਂ ਉਨੀ ਹੋਈ ਹੈ ਜੀ। ਠੀਕ ਹੈ ਨਾ, ਬਿਲਕੁਲ, ਸੋ ਡਿਸਕ੍ਰੀਮੀਨੇਸ਼ਨ ਹੈ। ਫਿਰ ਉਹਨੂੰ ਕਹਿਤਾ ਵੀ ਇਹਦਾ ਤਾਂ ਪਰਛਾਵਾਂ ਵੀ ਮਾੜਾ, ਪਰਛਾਵੇਂ ਮਾੜਾ, ਉਹ ਕੱਪੜੇ ਧੋਣ ਲੱਗ ਜਾਂਦੇ, ਤੂੰ ਦੂਰ ਤੋਂ ਲੰਘਣਾ, ਹਾਂ, ਫਿਰ ਵੀ ਇਹ ਥੁੱਕਣਾ ਧਰਤੀ ਹੋਇਆ, ਫਿਰ ਤੂੰ ਭਾਈ ਥੁੱਕਣ ਵਾਸਤੇ ਪੈਰਾਂ ਨਾਲ ਰੱਖ ਬੰਨ ਕੇ ਆਪਦੇ, ਸਹੀ, ਫਿਰ ਤੂੰ ਆਪਦੇ ਪਿੱਛੇ ਝਾਫਾ ਬੰਨ ਕੇ ਰੱਖ, ਤੇਰੇ ਪੈਰਾਂ ਦੇ ਉੱਤੇ ਸਾਡਾ ਪੈਰ ਆ ਗਿਆ ਤਾਂ ਅਸੀਂ ਤਾਂ ਭਿੱਟੇ ਜਾਵਾਂਗੇ। ਸੋ ਬਹੁਤ ਕੁਛ ਉਹਨਾਂ ਨਾਲ ਜ਼ਿਆਦਤੀ ਕਰੀ, ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀ ਇੱਕ ਵਾਰੀ, ਅਤੇ ਮੈਂ ਆਮ ਤੌਰ 'ਤੇ ਕਹਿਣਾ ਵੀ ਸਿੱਖੀ ਨੇ ਇਹ ਜਿਹੜਾ ਅਸੀਂ ਕੋਨਸੈਪਟ ਤੋੜਿਆ ਜਾਤ ਦੇ ਉੱਤੇ, ਜਾਤ ਜਿਹੜਾ ਹੈਗਾ, ਅਤੇ ਇਹ ਓਪਨਲੀ ਕਹਿ ਕੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸੋ ਕਹਿ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਜ਼ਰ ਦੇ ਬਖਸ਼ੀ। ਸੋ ਉਹਦੇ ਵਿੱਚ ਜਿਹੜਾ ਵੀ, ਕਿਉਂਕਿ ਦਲਿਤਾਂ ਨਾਲ ਜਿਹੜਾ ਆਪਾਂ ਸਵਾਲ ਤਾਂ ਆਉਣਾ ਵੀ ਦਲਿਤ ਕੀ ਹੈ, ਦਲਿਤਾਂ ਨਾਲ ਜਿਹੜਾ ਝਗੜਾ ਹੋ ਰਿਹਾ, ਗੁਰੂ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ, ਕਿਹੋ ਜਿਹਾ ਸਮਾਜ ਚਾਹੀਦਾ, ਬੇਗਮਪੁਰਾ ਸ਼ਹਿਰ ਕੋ ਨਾਓ, ਨਾ ਤਹਿ ਦੂਖ ਅੰਧੋ ਠੌਰ ਨਾ ਠਾਓ, ਨਾ ਤਹਿ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਬ। ਕਹਿੰਦਾ ਮੈਂ ਇਹੋ ਜਿਹਾ ਸ਼ਹਿਰ ਚਾਹੁੰਦਾ, ਹਾਂਜੀ, ਜਿੱਥੇ ਕੋਈ ਕਿਸੇ ਦੇ ਤਰਸ 'ਤੇ ਨਹੀਂ ਜੀਂਦਾ, ਬਿਲਕੁਲ, ਕਿਸੇ ਦੇ ਡਰ 'ਚ ਨਹੀਂ ਜੀਂਦਾ, ਕਿਸੇ ਨੂੰ ਡਰਾਉਂਦਾ ਨਹੀਂ। ਸਹੀ ਹੈ ਜੀ, ਹਾਂਜੀ, ਉੱਥੇ ਕੋਈ ਗਮ ਨਹੀਂ ਕਿਸੇ ਨੂੰ, ਇਹ ਗਮ ਪੂਰਾ ਸ਼ਹਿਰ ਕੋਲ, ਕੋਈ ਦੁੱਖ ਨਹੀਂ, ਬਿਲਕੁਲ। ਸੋ ਇਹੋ ਜਿਹਾ ਸ਼ਹਿਰ ਚਾਹੁੰਦਾ ਮੈਂ, ਅਤੇ ਜਿਹੜਾ ਇਹੋ ਜਿਹੇ ਸ਼ਹਿਰ 'ਚ ਰਹਿਣਾ ਚਾਹੁੰਦਾ ਉਹ ਮੇਰਾ ਮਿੱਤਰ ਹੈ, ਮੇਰਾ ਮਿੱਤਰ। ਸੋ ਇਹ ਇੱਕ ਸੁਪਨਾ ਸੀ ਉਹਨਾਂ ਦਾ ਬਹੁਤ ਅੱਛੇ ਜਿਹੜੇ ਸਮਾਜ ਦਾ, ਸੋਹਣਾ ਸਮਾਜ, ਬਰਾਬਰਤਾ ਵਾਲਾ ਸਮਾਜ, ਭਾਵੇਂ ਕਹੂ ਕੋ ਦੇਤ ਨਹੀਂ, ਨਾ ਭਾਵੇਂ ਮਾਨਤਾਨ, ਨਾ ਕਿਸੇ ਤੋਂ ਡਰਨਾ ਨਾ ਡਰਾਉਣਾ, ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਅਤੇ ਇਸ ਕਰਕੇ ਉਹ ਜਿਹੜਾ ਸੀ ਉਹ ਤਾਂ ਉਸ ਤੋਂ ਨਿਕਲਿਆ ਹੋਇਆ ਸੀ, ਉਹਦੇ 'ਚ ਗਾਹਾਂ ਸਭ ਕਾਸਟ ਬਣਾਤੀਆਂ ਇਹਨਾਂ ਨੇ ਵੀ, ਇਹ ਵਾਲਮੀਕੀ ਨੇ ਜੀ, ਇਹ ਰਵਿਦਾਸੀ ਨੇ ਜੀ, ਉਹ ਵਾਲਮੀਕੀਆਂ 'ਚ ਵੀ ਕਈ ਜਾਤਾਂ ਨੇ ਗਾਹਾਂ, ਰਵਿਦਾਸੀ 'ਚ ਵੀ ਬਹੁਤ ਸਾਰੀਆਂ ਨੇ। ਇਸ ਤੋਂ ਅੱਗੇ ਇਹ ਜਦ ਹੁਣ ਪਿਛਲੇ 35-40 ਸਾਲ ਦੇ ਵਿੱਚ DS4 ਬਣੀ ਸੀ ਇੱਕ ਜਥੇਬੰਦੀ, ਠੀਕ ਹੈ ਜੀ, ਇਹਨਾਂ ਨੇ ਜਥੇਬੰਦੀ ਬਣੀ ਵੀ ਅਸੀਂ ਜਿਹੜੀ ਹੈਗੀ ਆ ਦਲਿਤ, ਇਹਨਾਂ ਉਦੋਂ ਦਲਿਤ ਦੱਸ ਜੀ ਇਹਨਾਂ ਨੇ ਕਹਿੰਦੇ ਵੀ ਅਸੀਂ ਇਹਨੂੰ ਸ਼ਡਿਊਲ ਕਰਨੀ, ਕਿਉਂਕਿ ਗੁਰੂ ਨਾਨਕ ਇਹਨਾਂ ਨੇ ਮਹਾਤਮਾ ਗਾਂਧੀ ਨੇ ਇਹਨੂੰ ਹਰੀਜਨ ਕਿਹਾ, ਠੀਕ ਹੈ ਜੀ, ਇਹਨਾਂ ਨੂੰ ਰਵਿਦਾਸੀ ਜਾਂ ਇਹ ਜੋ ਆਮ ਕਹਿੰਦੇ ਸੀ, ਜਿਵੇਂ ਰਵਿਦਾਸ ਜੀ ਨੇ ਕਿਹਾ ਕਹੋ ਰਵਿਦਾਸ ਚਮਾਰਾ, ਅਤੇ ਜੋ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਵਰਤਦੇ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਹਰੀਜਨ ਕਹੋ। ਸਹੀ ਹੈ, ਇਹਨਾਂ ਨੇ ਇਹ ਵੀ ਛੱਡਤਾ ਕਿ ਨਹੀਂ ਜੀ ਹਰੀਜਨ ਦਾ ਕੋਈ ਮਤਲਬ ਨਹੀਂ, ਅਸੀਂ ਤਾਂ ਦਲਿਤ ਕਹਿਣਾ, ਅਸੀਂ ਦਵੇ ਹੋਇਆ, ਦਲਿਤ ਦਾ ਮਤਲਬ ਕੁਚਲੇ ਹੋਏ, ਦਵੇ ਹੋਏ, ਠੀਕ ਹੈ ਜੀ। ਸੋ ਇਹਨਾਂ ਨੇ ਉਹ ਦਲਿਤ ਲਫ਼ਜ਼ ਤਾਂ ਪਿਛਲੇ 40 ਸਾਲ 'ਚ ਆਇਆ, 40 ਸਾਲ ਉਦੋਂ ਪਹਿਲਾਂ ਨਹੀਂ ਸੀ, ਉਦੋਂ ਪਹਿਲਾਂ। ਜਿਹੜੀ ਹੁਣ ਦੇਸ਼ 'ਚ ਆਈਡੀਓਲੋਜੀ ਚੱਲਦੀ ਹੈ RSS, ਹਾਂਜੀ, ਉਹ
मतलब किसी ना किसी सीधे ज सीधे तरीके से एक सवाल उठाउंदी वैसे तो संविधान पूरा ही बदलन से जेकर असीं कहीए कि उह संविधान उन्हां नूं पसंद ही नहीं पर यह भी एक बदलना चाहते हैं कि जिहड़ी रिजर्वेशन है यू खत्म कर देना है ये दलित सारे एक पेशकश की जा रही है कि दलित थोड़े सारे के हक खाई जाते हैं ये कोटा लै जाते हैं तो पल कख नहीं रहा ये आइडियोलॉजी का की तुहानूं लगता है कि कामयाब हो के कि वाकई दलित जिहड़े लोग जिहदे हक खांदे आ जां ये पेश ही किया जा रहा। देखो गल ये है पहली गल आर एस एस की डोरी तो बहुत पुरानी अज की नहीं। हाँ जी 1973 इन्होंने पूरे मुल्क के मेडिकल कॉलेज हड़ताल कराई थी इसे गलते। ठीक है जी। 81 कराई थी। ठीक है जी। सो तो यह रिजर्वेशन के उल्टी ने वह तो हमेशा कहते भी रिजर्वेशन सब कुछ ला जाती है उन्होंने जी अमीर की रिजर्वेशन तो दिखती नहीं जो पैसे बिना बिना इम्तिहान दी दाखिल हो जाते हैं पैसा है। सही है जी। सो इस करके उन्होंने तो नहीं असी कह सकते पर नौकरियां है ही नहीं। नौकरियां जे तुसी नौकरियां पंजाब दे विच आप बाकी भारत की गल छड्डो जी। हाँ जी। जे पंजाब च असी लईए जिन्नियां नौकरियां तकरीबन 5 लाख सीगी 1995 च। हाँ जी। अज 3 लाख रहेगी। बिल्कुल। जबकि चाहिए उस दे मुकाबले जो 19 सर्विस देनी होवे 19 सर्विस दे तां 8 लाख चाहिए। 8 लाख चाहिए। तो नौकरियां तो वैसे ही कटी जांदियां ने। सही है। बिजली बोर्ड दे विच 1,35,000 मुलाजम हुंदा सी अज 40,000 रह गया। 40,000 रह गया। सो तुसी इह जे जब तुसी आए देख लो भी नौकरियां है ही नहीं। हाँ सारा कुछ तो बेची जाते हैं। रेलवे बेचती। बिल्कुल। पोर्टा बेचदिया। बिल्कुल जी। एयरपोर्ट बेचते। बिल्कुल। ऐदा ही बेचने की बोली पाता होनी टेंडर पा दिता टेंडर मंग लिया। सही है। एडवरटाइजमेंट देती। बिल्कुल। ते बैंक बेची जा रहे हैं प्राइवेटाइज करी जा रहे हैं बैंक। बिल्कुल। RBI तक नो कर दिता। सही है जी। तुसी छड्या की है। सही है जी। बचना की है तुहाडे कोले। सही है। मुंडे की पढ़ाई करती आ पंजाब दे सरकारी मेडिकल कॉलेज तो 2 ही ने 3 कह लो बाकी तो सब प्राइवेट ने। सही है जी। उत्ते दलित होवे नॉन दलित होवे पैसा तो लगना ही है। पैसा तो लगना ही है। सो इस करके जे आपां इह BEd दे 3 कॉलेज ने सरकारी तां सही है जी। तुहाडे फरीदकोट है पटियाले है एक शायद होर कितें जलंधर है कि कितें। ठीक है। बाकी तो सारे प्राइवेट ने। प्राइवेट है। सो प्राइवेट कॉलेजों दे विच तो फिर पैसा लगना ही है ना। बिल्कुल। वो कितें दलितों के पोस्ट मैट्रिक के नाते स्कॉलरशिप मिल जू कितें डां मिल जू। सही है जी। पर उहदे च इक डिफेक्ट हैगा। हाँ जी। वो दलित नहीं सुनते। वो डिफेक्ट की है भी एक तो वह जो अमीर दलित ने उही बेनीफिट लै रहे हैं दूजे दलित तो मिल ही नहीं रहा। ठीक है जी। दूजा यह है भी वह कई बार बहाने ला लू के उ गिनती भी वधाई जाते हैं हूँ मेडिकल कॉलेजों 50 प्रोफेसर चो जो 30 दलित आ गए तो 30 तो रिजर्वेशन से दलित आ नहीं सकते किसी भी तरह। सही है जी। यह मतलब कितने ना कि गड़बड़ करी हुई है। बिल्कुल। ठीक है। सो उही जी गड़बड़ है थोड़ी बहुत पर मतलब यह नहीं है भी नौकरियां उन्होंने खोलिया नौकरियां वैसे ही नहीं है जी। नौकरियां वैसे ही घट गईं। दलित ने नौकरी दलितों तो नौकरी मिल नहीं रही बेचारे किसी को भी नहीं मिल रही। सही है। ये तो रौला पाया जा रहा है। हाँ। एक जोक सुना दिंदा मैं। हाँ जी। मैं वो सुनिया ही है सुनिया हुआ गांह सुना रहा वो कहते जी बस के दो हरियाणे के दो बीबिया जा रही सी। हाँ जी। वो दोनों आपस में लड़ पी। हाँ जी। तो लड़िया तो एक दूजे झाटम झाटी हो गई। हाँ जी। वो एक कहे भी तू शीशा बंद कर। हाँ जी। मैंने जुकाम होया होया। हाँ जी। दूजी कहे मैंने गर्मी लगे। हाँ जी। मैं तो खोल के रखना है। हाँ जी। वो कंडक्टर आ गया भी ये लड़दियाँ क्यों ने कहने आ गल है वो कहना बीबी तो फ्रेम ही फ्रेम है शीशा है ही नहीं इन्हू भावे बंद कर लो भावे खोल लो सो नौकरियाँ है ही नहीं फ्रेम ही फ्रेम है भावे रिजर्व कर लो भावे नॉन रिजर्व कर लो। एक बार मैं एक RSS का बंदा। हाँ जी। असी कौंसलिंग कर रहे थे मैं बाहर निकलिया। हाँ जी। मैं बिच नहीं बहना सी कौंसलिंग में। हाँ जी। तो भाई एक पासे बहना सी भी जे किसी नूं कोई प्रॉब्लम होवे प्रिंसीपल ऑफिस बह जाता सी जां कितें भी तुसीं मैनूं आ के पुछ सकदे। ठीक है। मैं बाहर आया तो वो खड़ा मैनूं कहिंदा देखो जी तुसीं इन्हां नूं दलितां नूं उंज वी देई जांदे हो मैरिट ते वी देई जांदे हो फलाना करी जांदे हो मैं तां सरकार दा रूल है सी तो उह लागू करना। सही है जी। नहीं नहीं तुसी अपनी राय मैं कहा जी मेरी राय सी मैं जिते मेरी राय मंगी जाती उत्थे दे देना हुंदा। हाँ जी। पर जब कानून बन गया मैं तो वो लागू करना। सही है जी। नहीं 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 मैं कहा बाबू जी तुसी कितें RSS देता नहीं। हाँ जी। अच्छा तो इन्ने मजमा लग गया सारा। हाँ जी। जो रजिस्ट्रार खड़ा हो तो लोग आले सारे इकट्ठे हो ही जाते हैं। सही है सही है जी। तो जदों मजमा लग गया फिर मैं हाँ बाबू जी तुसी दस्या नहीं भी तुसी RSS देता नहीं। हाँ जी। कहना जी वो चलो जी चलो जी मैं जी चलो जी नहीं मैं तो कहना भी RSS वालों को यह नहीं पता उन्होंने दलितों की रिजर्वेशन तो चुभदी है। हाँ जी। पर उन्होंने जिहड़ा धन्ना सेठ बिना इम्तिहान दित्ती लै रहा है वो चुभदी नहीं। हाँ जी। मैं दलित फिर भी 40% नंबर लैंदा है टैस्ट बहिंदा है। सही है। पर जिहड़ा धन्ना सेठ उस तो टैस्ट देने की लोड़ ही नहीं। सही है जी। जिहड़ा $75,000 हुण 1,10,000 हो गया। हाँ जी। उदों $75,000 सी जिहड़ा $75,000 देवे चल गधा घोड़ा जिवें मर्जी एडमिशन लै ले। सही है जी। सो वो नहीं मैं कहा तुहानूं दिखदी 30 सीटां वो ने फिर
मैं अगली गल थोनू किने कहता भी ये सीटा ये कोई भी सीट ओपन है, ये सारिया रिजर्व ने। वह फिर देख फिर सारे देख लग गए। मैं सुन लो, चाहे दलतों को मिलनी है चाहे नॉन दलतों को मिलनी है, जिहड़ी सीट 13,000 दी फीस वाली सरकारी कॉलेज दी है उहनू मिलनी है, जिहड़ा कोटे भेजदा उहदे बच्चे नू 5 लाख रुपया साल का खर्चा है, जिहदे कोल 2 सालां च 11वीं 12वीं च 10 लाख रुपया खर्चण नू है नहीं, उहदे बच्चे ने सीट नहीं मिलनी। हो गई ना रिजर्व, सही है जी। फिर मैं कहा जिहड़ी अगली सीट है वह हैगी 50,000 दी फीस वाली, वो सीट उहनू मिलनी है जिहड़ा दिल्ली पढ़ाउंदा 3 लाख रुपया दे के। सही है, पहली गल नाल तां 50,000 रुपया हर साल देवे फीस दा, बाकी खर्चे देवे। दिल्ली 3 लाख रुपया साल दा पहला खर्चे, दूजे नू नहीं मिलनी। फिर उदू अगे एक होर सीट है वो हैगी 2.5 लाख की, वो 2.5 लाख की वो है जो 2 लाख रुपया चंडीगढ़ च पटियाले च ट्यूशन के खर्चे 2 साल 2.5 लाख रुपया उन्होंने मिलनी है, तो गाह 2.5 लाख वो हो नहीं तो उन्होंने मिलनी नहीं। सो ये सारिया रिजर्व है, पैसों के नाल रिजर्व। तो इस करके जो कहना है भी दलित सारा कुछ लै जाते हैं, ठीक है, विसंगतियां है। बल्कि मैं तो दलतों के दो, एक तो तुम देखोगे इतने स्टडी करके देख लो, जिहड़े रविदासी ने उन्होंने मिलिया ने सारी रिजर्वेशन, वाल्मीकियों को मिली नहीं, बहुत घट्ट ने वाल्मीकि जिन्हों को मिली होगी, ठीक है। दूजी गल यह है भी मैं इन्हों कई बार कहना भी यार तुम दलतों जिन्नी सीटा ने उन्होंने जेड़े दलित क्वालीफाई कर गए, जन के दाखले दे जा नौकरी लैन दे पात्र बन गए, जो वो मार्क क्रॉस करके उपर चले गए उस तो उन्होंने जो सब तो गरीब उन्होंने पहला दे दो। सही है जी, ਨੰਬਰਾਂ ਦੇ ਬੇਸ 'ਤੇ ਦੇਣ ਦੀ ਵਜ੍ਹਾ। ਸਹੀ ਹੈ ਜੀ, ਉਹਨੂੰ ਸਭ ਤੋਂ ਪਹਿਲਾਂ ਗਰੀਬੀ ਦੇ ਬੇਸ 'ਤੇ ਦਿਓ, ਫਿਰ ਬਚ ਜੇ ਭਾਵੇਂ ਜਗਜੀਵਨ ਰਾਮ ਦਾ ਮੁੰਡਾ ਲੈ ਜੇ। ਸਹੀ ਹੈ, ਸਹੀ ਹੈ, ਸਹੀ ਹੈ, ਸਹੀ। ਗੋਬਿੰਦ ਜੀ ਦਾ ਮੁੰਡਾ ਲੈ ਜੇ, ਗੋਬਿੰਦ ਦਾ, ਸਹੀ। ਕੋਈ ਫਰਕ ਨਹੀਂ ਪੈਂਦਾ, ਪਰ ਪਹਿਲਾਂ ਗਰੀਬ ਨੂੰ ਤਾਂ ਦੇ ਦਿਓ। ਸਹੀ ਜੀ, ਹੁਣ ਇੱਕ ਬੰਦਾ ਡੀਸੀ ਲੱਗਿਆ ਦਲਤ, ਉਹਦੇ ਬੱਚੇ ਨੇ ਲੈ ਲਏ 42% ਨੰਬਰ। ਸਹੀ ਹੈ ਜੀ, ਇੱਕ ਬੰਦਾ ਵਿਚਾਰਾ ਦਿਹਾੜੀ ਕਰਦਾ ਜਾਂ ਜੁੱਤੀਆਂ ਗੰਢਦਾ, ਉਹਦੇ ਬੱਚੇ ਨੇ ਲੈ ਲਏ 41% ਪਿੰਡ 'ਚ ਬੈਠੇ ਨੇ। ਸਹੀ, ਉਹ 41 ਵਾਲਾ ਤਾਂ ਜ਼ਿਆਦਾ ਸਿਆਣਾ ਇੰਟੈਲੀਜੈਂਟ ਹੈ, ਕਿਉਂਕਿ ਡੀਸੀ ਕੋਲ ਤਾਂ ਪਾਵਰ, ਪੈਸਾ ਬਹੁਤ ਹੈ, ਪਾਵਰ ਬੜੀ ਹੈ, ਉਹ ਤਾਂ ਬੜੇ ਕਿਸੇ ਵੱਡੇ ਟਿਊਸ਼ਨ ਕਰਾ ਦੇਗਾ। ਪਰ ਜਿਹੜਾ ਉਹ ਵਿਚਾਰਾ ਜੁੱਤੀਆਂ ਗੰਢਦਾ ਉਹਨੇ 41 ਲੈ ਲਏ, ਉਹ ਜ਼ਿਆਦਾ ਇੰਟੈਲੀਜੈਂਟ ਵੀ ਹੈ, ਉਹਨੂੰ ਦੇ ਦਿਓ ਪਹਿਲਾਂ। ਪਰ ਤੁਸੀਂ ਕਹਿੰਦੇ ਹੋ ਨਾ 42 ਵਾਲੇ ਨੂੰ ਮਿਲੂਗੀ 42, ਆਹ ਫਰਕ, ਆਹ ਫਰਕ, ਇਹ ਸੋਚ ਨਹੀਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਦਲਤਾਂ ਦੇ ਮੁੱਦੇ 'ਤੇ, ਜਿਹੜਾ ਤੁਸੀਂ ਦੇਖਿਆ ਕਿ ਅੱਜ ਦੀ ਸਿਆਸਤ 'ਚ ਬੜਾ ਭਾਰੂ ਹੈ, ਹਰ ਪਾਰਟੀ ਕਹਿ ਰਹੀ ਹੈ ਕਿ ਉਪ ਮੁੱਖ ਮੰਤਰੀ ਅਸੀਂ ਦਲਤ ਬਣਾਵਾਂਗੇ, ਤਾਂ ਉਹਨਾਂ ਕਿਹਾ ਕਿ ਜੇਕਰ ਉਪ ਮੁੱਖ ਮੰਤਰੀ ਦਲਤ ਬਣਾਉਣ ਨਾਲ ਕੋਈ ਦਲਤਾਂ ਦਾ ਫਾਇਦਾ ਹੁੰਦਾ ਤਾਂ ਇਸ ਵਕਤ ਦੇਸ਼ ਦੇ ਰਾਸ਼ਟਰਪਤੀ ਵੀ ਦਲਤ ਨੇ, ਬੜੇ ਮੰਤਰੀ ਦਲਤ ਨੇ, ਬੜੇ MLA ਦਲਤ ਨੇ, ਤਾਂ ਵੱਖ ਵੱਖ ਅਫਸਰ ਵੀ ਉਹਨਾਂ ਕਿਹਾ ਕਿ ਇਹ ਵੀ ਦਲਤ ਨੇ, ਪਰ ਉਹਨਾਂ ਕਿਹਾ ਕਿ ਦਲਤਾਂ ਦਾ ਫਾਇਦਾ ਨਹੀਂ ਕਰਦੇ, ਇਹ ਸਿਰਫ ਅਤੇ ਸਿਰਫ ਵੋਟਾਂ ਬਟੋਰਨ ਵਾਸਤੇ ਹੈ। ਨਾਲੇ ਉਹਨਾਂ ਕਿਹਾ ਕਿ ਦਲਤਾਂ ਨੂੰ ਵੀ ਸਿਆਣੇ ਹੋਣ ਦੀ ਲੋੜ ਹੈ, ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ, ਉਹਨਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਜਿਹੜਾ ਸਾਡਾ ਸਿਸਟਮ ਹੈ ਇਹਨੂੰ ਬੜੇ ਢੰਗ ਦੇ ਨਾਲ ਚੱਲਣ ਦੀ ਲੋੜ ਹੈ, ਤਾਂ ਉਹਨਾਂ ਵਧੀਆ ਬੜੇ ਵਧੀਆ ਤਰੀਕੇ ਦੇ ਨਾਲ ਸਾਰੀ ਗੱਲਬਾਤ ਸਮਝਾਈ। ਕੈਮਰਾ ਪਰਸਨ ਹਿਮਤਾਜ ਢਿੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ TV ਚੰਡੀਗੜ੍ਹ।